ਸਵੇਰ ਤੋਂ CBI ਦੀ ਰੇਡ ਜਿਹੜੇ ਕਿ ਪਾਸਪੋਰਟ ਰੀਜਨਲ ਆਫਿਸ ਵਿੱਚ ਚੱਲਦੀ ਪਈ ਹੈ। ਤੁਹਾਨੂੰ ਦੱਸ ਦੇ ਕਿ ਉਹਨਾਂ ਵੱਲੋਂ ਜਿਹੜੇ ਕਿ 3 ਲੋਕਾਂ ਨੂੰ ਜਿਹੜਾ ਕਿ ਹੈ ਗ੍ਰਿਫਤਾਰ ਕੀਤਾ ਗਿਆ, ਜਿਹਦੇ ਵਿੱਚ ਆਫਿਸਰ ਨੂੰ ਵੀ ਜਿਹੜਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ ਨਾਮ ਅਨੂਪ ਸਿੰਘ ਹੈਗਾ। ਇਸ ਤੋਂ ਇਲਾਵਾ ਜਿਹੜਾ ਕੀ ਹੈ RPO ਹਰੀਓਮ ਅਸਿਸਟੈਂਟ ਜੋ ਪਾਸਪੋਰਟ ਆਫਿਸਰ ਸੀਗੇ, ਇਸ ਤੋਂ ਇਲਾਵਾ ਸੰਜੇ ਸ਼੍ਰੀਵਾਸਤਵ ਨੂੰ ਵੀ ਜਿਹੜਾ ਕੀ ਹੈ CBI ਵੱਲੋਂ ਗ੍ਰਿਫਤਾਰ ਕੀਤਾ ਗਿਆ ਵੈ। ਤੇ ਰੇਡ ਜਿਹੜੀ ਕਿ ਕੱਲੀ CBI ਦੀ ਜਿਹੜੀ ਕਿ ਹੈ ਸਿਰਫ ਆਫਿਸ ਵਿੱਚ ਨਹੀਂ ਚੱਲੀ ਹੈਗੀ, ਬਲਕਿ ਜਿਹੜੇ ਅਨੂਪ ਸਿੰਘ ਹੈ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹੈ, ਤੇ ਉੱਥੇ ਵੀ ਜਿਹੜੀ ਕਿ ਰੇਡ ਚੱਲਦੀ ਪਈ ਹੈ ਤੇ ਅੰਦਰ ਅਧਿਕਾਰੀ 2 ਮੌਜੂਦ ਹੈ। ਤੇ ਸਵੇਰ ਤੋਂ ਹੀ ਕਈ ਦਸਤਾਵੇਜ਼ ਜਿਹੜੇ ਕਿ ਖੰਗਾਲੇ ਗਏ ਨੇ, ਕਿਉਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਿਸ਼ਵਤ ਦੇ ਆਰੋਪ ਸੀਗੇ, ਜਿਸ ਤੋਂ ਬਾਅਦ CBI ਵੱਲੋਂ ਜਿਹੜੇ ਕਿ ਅਲਰਟ ਹੋ ਗਏ ਸੀਗੇ ਤੇ ਉਹਨਾਂ ਨੇ ਜਿਹੜਾ ਕੀ ਹੈ ਇਸ ਚੀਜ਼ ਨੂੰ ਵੈਰੀਫਾਈ ਕੀਤਾ, ਤੇ ਉਸ ਤੋਂ ਬਾਅਦ ਅੱਜ ਸਵੇਰ ਤੋਂ ਜਿਹੜੇ ਕਿ ਰੇਡ ਚੱਲਦੀ ਪਈ ਸੀਗੀ। ਤੇ ਹੁਣ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਤੇ ਇਹਨਾਂ ਦੇ ਕੋਲੋਂ 20 ਲੱਖ ਰੁਪਏ ਜਿਹੜਾ ਕੈਸ਼ ਹੈ ਉਹ ਬਰਾਮਦ ਕੀਤਾ ਗਿਆ। ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਜਦੋਂ ਪਾਸਪੋਰਟ ਦਾ ਕੰਮ ਕਰਵਾਉਣ ਲਈ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਵੱਲੋਂ 25,000 ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਜਾਣਕਾਰੀ CBI ਨੂੰ ਮਿਲੀ ਸੀਗੀ ਤੇ CBI ਨੇ ਇੱਕ ਟਰੈਪ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਇਹ ਤਿੰਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਵਾ। ਫਿਲਹਾਲ ਸਵੇਰ ਤੋਂ ਜਿਹੜੀ ਕਿ ਰੇਡ ਜਿਹੜੀ ਕਿ ਚੱਲਦੀ ਪਈ ਹੈ, CBI ਦੇ 2 ਅਧਿਕਾਰੀ ਇਸ ਵਕਤ ਅੰਦਰ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਡਿਫੈਂਸ ਕਲੋਨੀ ਵਿੱਚ ਇਹ ਘਰ ਹੈਗਾ ਤੇ ਉੱਥੇ ਇਹ ਰੇਡ ਜਿਹੜੀ ਕਿ ਚੱਲਦੀ ਪਈ ਹੈ ਤੇ ਅਧਿਕਾਰੀ ਹਜੇ ਕੁਛ ਬੋਲਣਾ ਨਹੀਂ ਚਾਹ ਰਹੇ ਹੈਗੇ, ਲੇਕਿਨ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਵਾ ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਜਿਹੜੀ ਕਿ ਕਰ ਦਿੱਤੀ ਗਈ ਹੈ ਕਿ 3 ਬੰਦਿਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਗਿਆ, ਕਿਉਂਕਿ ਪਹਿਲਾਂ ਜਿਹੜੀ ਕਿ ਰੇਡ ਹੈਗੀ ਆ ਉਹ ਜਿਹੜਾ ਪਾਸਪੋਰਟ ਆਫਿਸ ਸੀਗੀ ਉਹਦੇ ਅੰਦਰ ਚੱਲਦੀ ਪਈ ਸੀ ਤੇ ਉਸ ਤੋਂ ਬਾਅਦ ਘਰ ਵਿੱਚ ਵੀ ਜਿਹੜੇ ਕਿ ਅਧਿਕਾਰੀ ਭੇਜੇ ਹੋਏ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਕਿ ਅੰਦਰ ਕਈ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾ ਚੁੱਕੇ ਨੇ ਤੇ ਕਈ ਹਜੇ ਵੀ ਜਿਹੜੇ ਕਿ ਦਸਤਾਵੇਜ਼ ਜਿਹੜੇ ਕਿ ਖੰਗਾਲੇ ਜਾ ਰਹੇ ਆ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਕਿ ਦਬਾਬਾ ਹੈ। ਕਹਿ ਸਕਦੇ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਵਿਦੇਸ਼ ਵੱਲ ਨੂੰ ਜਾਂਦੇ ਆ ਤੇ ਕਹਿ ਸਕਦੇ ਕਿ ਪਾਸਪੋਰਟ ਜਿਹੜੇ ਆਫਿਸ ਆ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਤੇ ਬੰਦੇ ਚਾਹੁੰਦੇ ਕਿ ਸਾਡੇ ਪਾਸਪੋਰਟ ਛੇਤੀ ਬਣ ਜਾਏ ਜਾਂ ਫਿਰ ਕੋਈ ਅੜਚਨ ਨਾ ਆਵੇ। ਤੇ ਕਈ ਵਾਰੀ ਹੁੰਦਾ ਵੈ ਇਹ ਲੋਕ ਫਿਰ ਰਿਸ਼ਵਤ ਜਿਹੜੀ ਕਿ ਮੰਗ ਕਰਦੇ ਸੀ ਤਾਂ ਕਿ ਪਾਸਪੋਰਟ ਜਲਦੀ ਬਣਾ ਕੇ ਦੇਣ, ਤਾਂ ਕਿਤੇ ਨਾ ਕਿਤੇ ਜਿਹੜੇ ਕਿ CBI ਕੋ ਇਸ ਤਰ੍ਹਾਂ ਦੀ ਜਿਹੜੀ ਕਿ ਜਾਣਕਾਰੀ ਪਹੁੰਚ ਰਹੀ ਸੀਗੀ। ਤੇ ਇੱਕ ਵਿਅਕਤੀ ਵੱਲੋਂ ਜਦੋਂ ਇਹ ਸ਼ਿਕਾਇਤ ਪਹੁੰਚੀ ਹੈ ਕਿ ਜਦੋਂ ਉਹਨੇ ਆਪਣੇ ਪੋਤਾ ਪੋਤੀ ਦਾ ਪਾਸਪੋਰਟ ਬਣਵਾਉਣਾ ਸੀ ਤਾਂ ਉਹਦੇ ਲਈ ਜਦੋਂ 25,000 ਰੁਪਏ ਦੀ ਮੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ CBI ਦੇ ਜਿਹੜੇ ਕਹਿ ਸਕਦੇ ਐਕਟਿਵ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਟਰੈਪ ਲਗਾ ਕੇ ਇਸ ਚੀਜ਼ ਨੂੰ ਵੈਰੀਫਾਈ ਕਰਤੇ ਜਿਹੜੇ ਕਿ ਤਿੰਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਇਹਨਾਂ ਦੇ ਕੋਲੋਂ 20 ਲੱਖ ਰੁਪਏ ਜਿਹੜੇ ਕਿ ਬਰਾਮਦ ਹੋਇਆ। ਫਿਲਹਾਲ ਜਿਹੜੀ ਕਿ ਰੇਡ ਜਾਰੀ ਹੈ ਤੇ ਅਸੀਂ ਇੰਤਜ਼ਾਰ ਕਰ ਰਹੇ ਕਿ ਜਦੋਂ ਬਾਹਰ ਆਣਗੇ ਤੇ ਉਹਨਾਂ ਨਾਲ ਕੀ ਗੱਲਬਾਤ ਹੋਊਗੀ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, News 18 ਜਲੰਧਰ। ਸਵੇਰ ਤੋਂ CBI ਦੀ ਰੇਡ ਜਿਹੜੇ ਕਿ ਪਾਸਪੋਰਟ ਰੀਜਨਲ ਆਫਿਸ ਵਿੱਚ ਚੱਲਦੀ ਪਈ ਹੈ। ਤੁਹਾਨੂੰ ਦੱਸ ਦੇ ਕਿ ਉਹਨਾਂ ਵੱਲੋਂ ਜਿਹੜੇ ਕਿ 3 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ, ਜਿਹਦੇ ਵਿੱਚ ਆਫਿਸਰ ਨੂੰ ਵੀ ਜਿਹੜਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ ਨਾਮ ਅਨੂਪ ਸਿੰਘ ਹੈਗਾ। ਇਸ ਤੋਂ ਇਲਾਵਾ ਜਿਹੜਾ ਕੀ ਹੈ RPO ਹਰੀਓਮ ਅਸਿਸਟੈਂਟ ਜੋ ਪਾਸਪੋਰਟ ਆਫਿਸਰ ਸੀਗੇ, ਇਸ ਤੋਂ ਇਲਾਵਾ ਸੰਜੇ ਸ਼੍ਰੀਵਾਸਤਵ ਨੂੰ ਵੀ ਜਿਹੜਾ ਕੀ ਹੈ CBI ਵੱਲੋਂ ਗ੍ਰਿਫਤਾਰ ਕੀਤਾ ਗਿਆ ਵੈ। ਤੇ ਰੇਡ ਜਿਹੜੀ ਕਿ ਕੱਲੀ CBI ਦੀ ਜਿਹੜੀ ਕਿ ਸਿਰਫ ਆਫਿਸ ਵਿੱਚ ਨਹੀਂ ਚੱਲੀ ਹੈਗੀ, ਬਲਕਿ ਜਿਹੜੇ ਅਨੂਪ ਸਿੰਘ ਹੈ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹੈ ਤੇ ਉੱਥੇ ਵੀ ਜਿਹੜੀ ਕਿ ਰੇਡ ਚੱਲਦੀ ਪਈ ਹੈ ਤੇ ਅੰਦਰ ਅਧਿਕਾਰੀ 2 ਮੌਜੂਦ ਹੈ। ਤੇ ਸਵੇਰ ਤੋਂ ਹੀ ਕਈ ਦਸਤਾਵੇਜ਼ ਜਿਹੜੇ ਕਿ ਖੰਗਾਲੇ ਗਏ ਨੇ, ਕਿਉਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਿਸ਼ਵਤ ਦੇ ਆਰੋਪ ਸੀਗੇ, ਜਿਸ ਤੋਂ ਬਾਅਦ CBI ਵੱਲੋਂ ਜਿਹੜੇ ਕਿ ਅਲਰਟ ਹੋ ਗਏ ਸੀਗੇ ਤੇ ਉਹਨਾਂ ਨੇ ਜਿਹੜਾ ਕੀ ਹੈ ਇਸ ਚੀਜ਼ ਨੂੰ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਅੱਜ ਸਵੇਰ ਤੋਂ ਜਿਹੜੇ ਕਿ ਰੇਡ ਚੱਲਦੀ ਪਈ ਸੀਗੀ। ਤੇ ਹੁਣ ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਤੇ ਇਹਨਾਂ ਦੇ ਕੋਲੋਂ 20 ਲੱਖ ਰੁਪਏ ਜਿਹੜਾ ਕੈਸ਼ ਹੈ ਉਹ ਬਰਾਮਦ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਆਰੋਪ ਲਗਾਇਆ ਗਿਆ ਸੀ ਕਿ ਜਦੋਂ ਪਾਸਪੋਰਟ ਦਾ ਕੰਮ ਕਰਵਾਉਣ ਲਈ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਵੱਲੋਂ 25,000 ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਜਾਣਕਾਰੀ CBI ਨੂੰ ਮਿਲੀ ਸੀਗੀ ਤੇ CBI ਨੇ ਇੱਕ ਟਰੈਪ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਇਹ ਤਿੰਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਵਾ। ਫਿਲਹਾਲ
ਸਵੇਰ ਤੋਂ ਜਿਹੜੀ ਕਿ ਰੇਡ ਜਿਹੜੀ ਕਿ ਚੱਲਦੀ ਪਈ ਹੈ। ਸੀਬੀਆਈ ਦੇ ਦੋ ਅਧਿਕਾਰੀ ਇਸ ਵਕਤ ਅੰਦਰ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਡਿਫੈਂਸ ਕਲੋਨੀ ਵਿੱਚ ਇਹ ਘਰ ਹੈਗਾ ਤੇ ਉੱਥੇ ਇਹ ਰੇਡ ਜਿਹੜੀ ਕਿ ਚੱਲਦੀ ਪਈ ਹੈ ਤੇ ਅਧਿਕਾਰੀ ਹਜੇ ਕੁਛ ਬੋਲਣਾ ਨਹੀਂ ਚਾਹ ਰਹੇ ਹੈਗੇ, ਲੇਕਿਨ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਵਾ ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਜਿਹੜੀ ਕਿ ਕਰ ਦਿੱਤੀ ਗਈ ਹੈ ਕਿ ਤਿੰਨ ਬੰਦਿਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਗਿਆ, ਕਿਉਂਕਿ ਪਹਿਲਾਂ ਜਿਹੜੀ ਕਿ ਰੇਡ ਹੈਗੀ ਹੈ ਉਹ ਜਿਹੜਾ ਪਾਸਪੋਰਟ ਆਫਿਸ ਸੀਗੀ ਉਹਦੇ ਅੰਦਰ ਚੱਲਦੀ ਪਈ ਸੀ ਤੇ ਉਸ ਤੋਂ ਬਾਅਦ ਘਰ ਵਿੱਚ ਵੀ ਜਿਹੜੇ ਕਿ ਅਧਿਕਾਰੀ ਭੇਜੇ ਹੋਏ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਕਿ ਅੰਦਰ ਕਈ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾ ਚੁੱਕੇ ਨੇ ਤੇ ਕਈ ਹਜੇ ਵੀ ਜਿਹੜੇ ਕਿ ਦਸਤਾਵੇਜ਼ ਜਿਹੜੇ ਕਿ ਖੰਗਾਲੇ ਜਾ ਰਹੇ ਆ, ਕਿਉਂਕਿ ਕਿਤਨਾ ਕਿਤੇ ਜਿਹੜਾ ਕਿ ਦਬਾਬਾ ਹੈ। ਕਹਿ ਸਕਦੇ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਵਿਦੇਸ਼ ਵੱਲ ਨੂੰ ਜਾਂਦੇ ਆ ਤੇ ਕਹਿ ਸਕਦੇ ਕਿ ਪਾਸਪੋਰਟ ਜਿਹੜੇ ਆਫਿਸ ਆ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਤੇ ਬੰਦੇ ਚਾਹੁੰਦੇ ਕਿ ਸਾਡੇ ਪਾਸਪੋਰਟ ਛੇਤੀ ਬਣ ਜਾਏ ਜਾਂ ਫਿਰ ਕੋਈ ਅੜਚਨ ਨਾ ਆਵੇ। ਤੇ ਕਈ ਵਾਰੀ ਹੁੰਦਾ ਵੈ ਇਹ ਲੋਕ ਫਿਰ ਰਿਸ਼ਵਤ ਜਿਹੜੀ ਕਿ ਮੰਗ ਕਰਦੇ ਸੀ ਤਾਂ ਕਿ ਪਾਸਪੋਰਟ ਜਲਦੀ ਬਣਾ ਕੇ ਦੇਣ। ਤਾਂ ਕਿਤੇ ਨਾ ਕਿਤੇ ਜਿਹੜੇ ਕਿ ਸੀਬੀਆਈ ਕੋਲ ਇਸ ਤਰ੍ਹਾਂ ਦੀ ਜਿਹੜੀ ਕਿ ਜਾਣਕਾਰੀ ਪਹੁੰਚ ਰਹੀ ਸੀਗੀ ਤੇ ਇੱਕ ਵਿਅਕਤੀ ਵੱਲੋਂ ਜਦੋਂ ਇਹ ਸ਼ਿਕਾਇਤ ਪਹੁੰਚੀ ਹੈ ਕਿ ਜਦੋਂ ਉਹਨੇ ਆਪਣੇ ਪੋਤਾ ਪੋਤੀ ਦਾ ਪਾਸਪੋਰਟ ਬਣਵਾਉਣਾ ਸੀ ਤਾਂ ਉਹਦੇ ਲਈ ਜਦੋਂ 25,000 ਰੁਪਏ ਦੀ ਮੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੀ ਸੀਬੀਆਈ ਦੇ ਜਿਹੜੇ ਕਿ ਕਹਿ ਸਕਦੇ ਐਕਟਿਵ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਟਰੈਪ ਲਗਾ ਕੇ ਇਸ ਚੀਜ਼ ਨੂੰ ਵੈਰੀਫਾਈ ਕਰਕੇ ਜਿਹੜੇ ਕਿ ਤਿੰਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਇਹਨਾਂ ਦੇ ਕੋਲੋਂ 20 ਲੱਖ ਰੁਪਏ ਜਿਹੜੇ ਕਿ ਬਰਾਮਦ ਹੋਇਆ। ਫਿਲਹਾਲ ਜਿਹੜੀ ਕਿ ਰੇਡ ਜਾਰੀ ਹੈ ਤੇ ਅਸੀਂ ਇੰਤਜ਼ਾਰ ਕਰ ਰਹੇ ਕਿ ਜਦੋਂ ਬਾਹਰ ਆਣਗੇ ਤੇ ਉਹਨਾਂ ਨਾਲ ਕੀ ਗੱਲਬਾਤ ਹੋਊਗੀ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਜਲੰਧਰ।